ਟਿਲ ਡੇਟ ਪੰਜਾਬੀ ਐਕਟਰ ਦੀ ਕੋਈ ਵੈਲਿਊ ਨਹੀਂ ਹੈਗੀ। ਅੱਛਾ, ਉਹ ਨਾ ਤਾਂ ਚੰਗੇ ਪੈਸੇ ਕਮਾ ਰਿਹਾ ਨਾ ਚੰਗੀ ਲਾਈਫ ਲੀਡ ਕਰ ਸਕਦਾ, ਜੇ ਡਿਪੈਂਡ ਕਰੇ ਸਿਰਫ ਐਕਟਿੰਗ 'ਤੇ। ਐਪਰੀਸੀਏਸ਼ਨ ਤੁਸੀਂ ਲੈ ਸਕਦੇ ਹੋ, ਭਾਅ ਜੀ ਬਹੁਤ ਅੱਛਾ ਕੰਮ ਸੀ, ਪਰ ਗੱਲ 'ਚ ਪਤਾ ਲੱਗਦਾ ਪੂਰੀ ਫਿਲਮ ਕੀਤੀ ਅਤੇ ਉਸ ਤੋਂ ਬਾਅਦ 25,000 ਰੁਪਇਆ ਮਿਲਿਆ ਪੂਰੀ ਫਿਲਮ ਦਾ, 50,000 ਮਿਲਿਆ, 1,00,000 ਰੁਪਇਆ ਮਿਲਿਆ। ਇੱਕ ਸਾਲ ਦੇ ਵਿੱਚ 6 ਫਿਲਮਾਂ ਕਰ ਵੀ ਲਈਆਂ, 6,00,000 ਨਾਲ ਤਾਂ ਦੁੱਧ ਔਰ ਉਹਦਾ ਤੁਸੀਂ ਆਟੇ ਦਾਲ ਦਾ ਹੀ ਬਿੱਲ ਦਿੱਤਾ ਹੋਣਾ ਮੇਰੇ ਖਿਆਲ ਨਾਲ।